ਮੂੰਹ 'ਤੇ ਰੁਮਾਲ ਬੰਨ੍ਹੀ ਪੁਲਿਸ ਵਾਲਿਆਂ ਦੇ ਸ਼ਿਕੰਜੇ 'ਚ ਫਸ ਕੇ ਖੜ੍ਹੇ ਬਿਟਰ ਬਿਟਰ ਝਾਕਦੇ ਇਸ ਬੰਦੇ ਦਾ ਨਾਂ ਤਾਂ ਭਾਵੇਂ ਕੰਨੂ ਹੈ, ਪਰ ਇਸਨੇ ਆਪਣੀ ਮਸ਼ੂਕ ਪਿਓ ਅਤੇ ਉਸਦੇ ਹੋਰ ਰਿਸ਼ਤੇਦਾਰਾਂ ਨਾਲ ਮਿਲ ਕੇ ਕਰਤੂਤ ਡਾਕੂਆਂ ਵਾਲੀ ਕੀਤੀ ਹੈ। ਜੀ ਹਾਂ, ਜਿਹੜਾ ਆਪਣੇ ਹੋਣ ਵਾਲੀ ਸੱਸ ਨੂੰ ਹੀ ਠੱਗ ਅਤੇ ਲੁੱਟ ਲੈ ਗਏ, ਤੁਸੀਂ ਉਸ ਨੂੰ ਹੋਰ ਕੀ ਕਹੋਗੇ? ਦੱਸ ਦਈਏ ਕਿ ਇਸ ਕੰਨੂ ਨੇ ਠੱਗੀ ਵੀ ਅਜਿਹੇ ਮਰਹੂਮ ਪੁਲਿਸ ਵਾਲੇ ਦੀ ਪਤਨੀ ਨਾਲ ਮਾਰੀ ਹੈ, ਜਿਸ ਦੀ ਕੁੜੀ ਨਾਲ ਜਦੋਂ ਇਸ ਨੂੰ ਫੇਸਬੁੱਕ 'ਤੇ ਇਸ਼ਕ ਹੋਇਆ ਤਾਂ ਕੁੜੀ ਦੇ ਕਹਿਣ 'ਤੇ ਉਸਦੀ ਮਾਂ ਦੋਵਾਂ ਪ੍ਰੇਮੀਆਂ ਦਾ ਵਿਆਹ ਕਰਨ ਨੂੰ ਵੀ ਰਾਜ਼ੀ ਹੋ ਗਈ ਸੀ, ਅਤੇ 2 ਮਹੀਨੇ ਪਹਿਲਾਂ 9 ਅਕਤੂਬਰ ਵਾਲੇ ਦਿਨ ਹੀ ਇਹਨਾਂ ਦੋਹਾਂ ਦਾ ਮੰਗਣਾ ਵੀ ਹੋ ਗਿਆ। ਪਰ ਬਾਅਦ 'ਚ ਕੁੜੀ ਅਤੇ ਇਸ ਕੰਨੂ ਦੇ ਮਨ 'ਚ ਮਾਂ ਦੇ ਪੈਸਿਆਂ ਨੂੰ ਲੁੱਟਣ ਦਾ ਲਾਲਚ ਆ ਗਿਆ, ਅਤੇ ਫਿਰ ਇਸ ਦੀ ਮਸ਼ੂਕ ਨੇ ਅਤੇ ਮਾਂ ਦੀ ਧੀ ਨੇ ਕੰਨੂ ਅਤੇ ਉਸਦੇ ਬਾਪ ਨਾਲ ਮਿਲ ਕੇ ਜੋ ਕੀਤਾ ਉਹ ਇੱਕ ਬੇਸਹਾਰਾ ਮਾਂ ਲਈ ਬੇਹੱਦ ਹੌਲਨਾਕ ਸੀ। ਆ ਸੁਣੋ ਜ਼ਰਾ ਪੂਰੀ ਕਹਾਣੀ ਇਸ ਜਾਂਚ ਅਧਿਕਾਰੀ ਦੀ ਜ਼ੁਬਾਨੀ। ਸੋਨੀਆ ਪਤਨੀ ਲੀਡਰ ਰਮੇਸ਼ ਕੁਮਾਰ ਵਾਸੀ 88 ਫੁੱਟ ਰੋਡ ਦੀ ਰਹਿਣ ਵਾਲੀ ਹੈ। ਉਹਦੇ ਪਤੀ ਦੀ ਮੌਤ ਹੋ ਚੁੱਕੀ ਹੈ। ਮਹਿਕਮਾ ਪੁਲਿਸ ਵਿੱਚ ਉਹ ਨੌਕਰੀ ਕਰਦਾ ਸੀ। ਜਿਹੜੀ ਇਹਦੀ ਮਾਤਾ ਜਿਹੜੀ ਸੋਨੀਆ, ਇਹਦੇ ਅਕਾਊਂਟ ਵਿੱਚ ਹੀ ਕਰੀਬ 23-24 ਲੱਖ ਰੁਪਈਆ ਸੀਗਾ। ਇਹਦੀ ਲੜਕੀ ਜਿਹੜੀ ਹੈਗੀ ਕਮਲਪ੍ਰੀਤ ਕੌਰ, ਇਹਦੀ ਜਿਹੜੀ ਦੋਸਤੀ ਕਰਨ ਕੁਮਾਰ ਕੰਨੂ ਵਾਸੀ ਕਲਾ ਨਾਲ ਹੋ ਗਈ ਸੀ। ਪਰ ਇਹਨਾਂ ਪਰਿਵਾਰ ਨੇ ਆਪਸ ਵਿੱਚ ਜਿਹੜੀ ਆ 2 ਮਹੀਨੇ ਪਹਿਲਾਂ ਜਿਹੜੀ ਉਹ ਮੰਗਣੀ ਕਰ ਦਿੱਤੀ ਸੀਗੀ। ਲੜਕੀ ਜਿਹੜੀ ਇਹਦੀ ਲੜਕੀ ਹੈ, ਇਹਨੇ ਆਪਣੀ ਮਦਦ ਦਾ ATM ਕਾਰਡ ਚੋਰੀ ਕਰਕੇ ਅਤੇ ਆਪਣੇ ਸਹੁਰੇ ਪਰਿਵਾਰ ਨੂੰ ਪਹਿਲਾਂ ਹੀ ਵਿਆਹ ਤੋਂ ਦੇ ਦਿੱਤਾ ਸੀਗਾ ਜੀ। ਅਤੇ ਉਹਨੇ ਹੌਲੀ ਹੌਲੀ ਇਲਾਕੇ ਤੱਕ 17 ਲੱਖ ਰੁਪਈਆ ਜਿਹੜਾ ਕਢਾ ਲਿਆ ਸੀਗਾ ਜੀ। ਅਤੇ ਜਿਹੜਾ ਜਦੋਂ ਇਹਦੀ ਮਦਦ ਨੂੰ ਪੈਸਿਆਂ ਦੀ ਲੋੜ ਪਈ, ਉਹ ATM ਜਦੋਂ ਲੈ ਕੇ ਗਈ ਤਾਂ ਉਹ ATM ਨਾ ਚੱਲਿਆ ਅਤੇ ਉਹਨੂੰ ਸ਼ੱਕ ਪੈਦਾ ਹੋ ਗਿਆ। ਸ਼ੱਕ 'ਤੇ ਇਹਨਾਂ ਨੇ ਆਪਣੀ ਲੜਕੀ ਨੂੰ ਪੁੱਛਿਆ ਵੀ ਆ ਪੈਸੇ ਕਿੱਥੋਂ ਨਿਕਲ ਗਏ, ਇਹ ਲੜਕੀ ਜਿਹੜੀ ਆਪਣੇ ਉੱਥੋਂ ਫਰਾਰ ਹੋ ਗਈ। ਇਹਨੇ ਜਾ ਕੇ ਕੋਰਟ ਵਿੱਚੋਂ ਲਵ ਮੈਰਿਜ ਕਰਵਾ ਲਈ ਹੈ ਅਤੇ ਉਹਨਾਂ ਨੇ ਸਾਨੂੰ ਆਣ ਕੇ ਸਟੇਟਮੈਂਟ ਦਿੱਤੀ। ਅਸੀਂ ਜਿਸ ਦੇ ਬਿਹਾਬ 'ਤੇ ਉਹਨਾਂ ਦੇ ਖਿਲਾਫ਼ ਮੁਕੱਦਮਾ ਜਿਹੜਾ ਕਾਲਾ ਸਿੰਘ ਅਤੇ ਉਹਦੀ ਪਤਨੀ ਮਨਜੀਤ ਕੌਰ, ਉਹਨਾਂ ਦਾ ਜਵਾਈ ਸੰਨੀ ਜਿਹੜਾ ਫਤਿਹਗੜ੍ਹ ਚੂੜੀਆਂ ਦਾ, ਅਤੇ ਇਹ ਜਿਹੜਾ ਕਰਨੇਲੀ ਕੰਨੂ ਅਤੇ ਜਿਹੜੀ ਲੜਕੀ ਹੈਗੀ ਆ ਕਮਲਪ੍ਰੀਤ ਦੇ ਖਿਲਾਫ਼ ਮੁਕੱਦਮਾ ਨੰਬਰ 300/32/14/12/19, 380/420/120 IPC 66 IT Act ਦਰਜ ਰਜਿਸਟਰ ਕੀਤਾ ਜੀ, ਜਿਹਦੇ ਵਿੱਚ ਕਾਲਾ ਸਿੰਘ ਨੂੰ, ਉਹਦੀ ਘਰਵਾਲੀ ਮਨਜੀਤ ਕੌਰ ਅਤੇ ਉਹਦੇ ਜਵਾਈ ਸੰਨੀ ਅਤੇ ਕੰਨੂ ਨੂੰ ਅਸੀਂ ਗ੍ਰਿਫਤਾਰ ਕਰ ਲਿਆ। ਕੰਨੂ ਦਾ ਜਿਹੜਾ ਰਿਮਾਂਡ ਸਾਨੂੰ 2 ਦਿਨ ਦਾ ਹਾਸਲ ਹੋਇਆ। ਲੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ ਵੀ ਕਿਸ਼ਤਾਂ ਕਿੱਥੋਂ ਕਿੱਥੋਂ ਪੈਸੇ ਕਢਵਾਏ ਗਏ ਨੇ, ਉਹ ਬਰਾਮਦਗੀ ਕੀਤੀ ਜਾ ਰਹੀ ਹੈ। ਅਤੇ ਸਰ, ਦੋਸਤੀ ਇਹਨਾਂ ਦੀ ਕਿਵੇਂ ਹੋਈ ਸੀ? ਫੇਸਬੁੱਕ ਰਾਹੀਂ ਇਹਨਾਂ ਦੋਸਤੀ ਹੋਈ ਸੀ। ਉਹ ਜ਼ਮਾਨੇ ਹੋਰ ਹੁੰਦੇ ਸਨ ਜਦੋਂ ਸਾਹਿਬਾਂ ਵਰਗੀਆਂ ਪ੍ਰੇਮਿਕਾਵਾਂ ਆਪਣੇ ਭਰਾਵਾਂ ਦੀਆਂ ਬਣ ਕੇ ਆਪਣੇ ਪਤੀ ਦਾ ਸਾਥ ਛੱਡ ਉਸ ਨੂੰ ਭਰਾਵਾਂ ਹੱਥੋਂ ਮਰਦਾ ਵੀ ਦੇਖ ਲੈਂਦੀਆਂ ਸਨ। ਪਰ ਕੋਮਲਪ੍ਰੀਤ ਵਰਗੀਆਂ ਅੱਜ ਕੱਲ੍ਹ ਦੀਆਂ ਮਸ਼ੂਕਾ ਕੰਨੂ ਵਰਗੇ ਆਪਣੇ ਪ੍ਰੇਮੀਆਂ ਅਤੇ ਉਸਦੇ ਪਰਿਵਾਰ ਨਾਲ ਮਿਲ ਕੇ ਆਪਣੀ ਹੀ ਬੇਸਹਾਰਾ ਮਾਂ ਨੂੰ ਲੁੱਟਣ ਲੱਗਿਆ ਇੱਕ ਵਾਰ ਵੀ ਨਹੀਂ ਸੋਚਦੀਆਂ। ਹਕੀਕਤ TV ਪੰਜਾਬੀ ਲਈ ਅੰਮ੍ਰਿਤਸਰ ਤੋਂ ਹਰਜੀਤ ਗਰੇਵਾਲ ਦੀ ਰਿਪੋਰਟ।